ਤੂੜੀ ਦੇ ਨਾਲ ਭਰੀ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ ਹੋਈ ਹੈ, ਜਿਸ ਦੇ ਕਾਰਨ ਸੜਕ ਦੇ ਉੱਤੇ ਜਾਮ ਲੱਗ ਗਿਆ। ਦੱਸਦੀ ਹੈ ਕਿ ਇੱਕ ਪਾਸੇ ਤੋਂ ਹੀ ਟ੍ਰੈਫਿਕ ਨੂੰ ਚਲਾਇਆ ਜਾ ਰਿਹਾ, ਜਿਸ ਦੇ ਕਾਰਨ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਦੱਸਦੀ ਹੈ ਕਿ ਰਾਜਪੁਰਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਕਿ ਟਰੱਕ ਦੀ ਟੱਕਰ ਲੱਗਣ ਦੇ ਨਾਲ ਇੱਕ ਟਰੈਕਟਰ ਟਰਾਲੀ ਸੜਕ ਦੇ ਵਿਚਕਾਰ ਹੀ ਪਲਟ ਗਈ। ਦੱਸਦੀ ਹੈ ਕਿ ਤੂੜੀ ਦੇ ਨਾਲ ਭਰੀ ਹੋਈ ਇਹ ਟਰੈਕਟਰ ਟਰਾਲੀ ਦੱਸੀ ਜਾ ਰਹੀ ਹੈ, ਹਾਲਾਂਕਿ ਇਹ ਓਵਰਲੋਡ ਹੈ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਰਿਹਾ। ਦੱਸਦੀ ਹੈ ਕਿ ਇਸ ਹਾਦਸੇ ਦੇ ਵਿੱਚ ਜੋ ਟਰੈਕਟਰ ਚਾਲਕ ਹੈ ਉਸਦੇ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਦੱਸਦੀ ਹੈ ਕਿ ਇਹ ਤਸਵੀਰਾਂ ਰਾਜਪੁਰਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇੱਕ ਟਰੈਕਟਰ ਟਰਾਲੀ ਤੂੜੀ ਦੇ ਨਾਲ ਭਰੀ ਹੋਈ ਹਾਦਸੇ ਦਾ ਸ਼ਿਕਾਰ ਹੋਈ ਹੈ, ਸੜਕ ਦੇ ਵਿਚਕਾਰ ਹੀ ਪਲਟੀ ਹੋ ਗਈ ਹੈ। ਮੌਕੇ ਦੇ ਉੱਤੇ ਹੁਣ ਪੁਲਿਸ ਪਹੁੰਚੀ ਹੈ ਅਤੇ ਇਸ ਟਰਾਲੀ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਇਸ ਮੌਕੇ ਤੇ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਹੈ ਕਿ ਜੇਕਰ ਓਵਰਲੋਡ ਹੋ ਕੇ ਅਜਿਹੀ ਟਰੈਕਟਰ ਟਰਾਲੀਆਂ ਚੱਲਦੀਆਂ ਨੇ ਤਾਂ ਇਹਨਾਂ ਦਾ ਬਣਦਾ ਚਲਾਨ ਕੀਤਾ ਜਾਵੇ ਜਾਂ ਫਿਰ ਇਹਨਾਂ ਦੇ ਪਿੱਛੇ ਰਿਫਲੈਕਟਰ ਲਗਾਏ ਜਾਣ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਤਾਂ ਰਾਜਪੁਰਾ ਦੇ ਪਿੰਡ ਖੇੜੀ ਗੰਡਿਆਂ ਤੋਂ ਇਹ ਮਾਮਲਾ ਸਾਹਮਣੇ ਆਇਆ। ਦੇਖੋ ਜੀ, ਸਾਡੇ ਸਾਹਮਣੇ ਕਿੰਨੇ ਮੁਸ਼ਕਿਲ ਆ ਰਿਹਾ, ਹਾਈਵੇ ਰੋਡ ਆ ਜੀ, ਅਤੇ ਸਾਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹ ਹਾਦਸੇ ਤਕਰੀਬਨ ਹੁੰਦੇ ਰਹਿੰਦੇ ਆ, ਇੱਕ ਤਾਂ ਗਾਇਆਂ ਵਾਲਾ ਅਤੇ ਤਕਰੀਬਨ ਇਹ ਪੁੰਗਾ ਵਾਲੇ ਟਰੱਕ ਜੋ ਬਹੁਤ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ। ਤਕਰੀਬਨ ਇਹ ਸੱਜ ਦੇ ਵੀ ਚੱਲ ਜਾਂਦੇ ਨੇ, ਵੈਸੇ ਇਹਨਾਂ ਦਾ ਟਾਈਮ ਆ ਰਾਤ ਦਾ, ਇਹ ਸੱਜ ਦੇ ਚੱਲ ਜਾਂਦੇ ਨੇ। ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸਰ। ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ? ਸਰਕਾਰ ਨੂੰ ਇਹ ਅਪੀਲ ਆ ਜੀ, ਇਹਨਾਂ ਨੂੰ ਜਾਂ ਤਾਂ ਜੀ ਰੂਟ ਲੈਦਾ ਦੇਈਏ ਜਾਂ ਫਿਰ ਇਹਨਾਂ ਨੂੰ ਬੰਦ ਕਰੀਏ, ਕੋਈ ਨਾ ਕੋਈ ਇਹਦਾ ਹੱਲ ਹੋਣਾ ਚਾਹੀਦਾ। ਤਕਰੀਬਨ ਇਹ ਥੋੜ੍ਹੇ ਦਿਨਾਂ ਬਾਅਦ ਸਾਨੂੰ ਪਰੇਸ਼ਾਨਾਂ ਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਸਰ ਜੀ, ਪਟਿਆਲਾ ਰੋਡ ਹੈਗਾ, ਨੈਸ਼ਨਲ ਹਾਈਵੇ ਹੈਗਾ, ਅਜੇ ਤੱਕ ਰਾਤ ਦੇ ਆ ਟਰੈਕਟਰ ਪਲਟਿਆ ਹੋਇਆ ਪਿਆ ਇਹ, ਕੋਈ ਮੁਲਾਜ਼ਮ ਵਗੈਰਾ ਕੋਈ ਨਹੀਂ ਆਇਆ ਹੈਗਾ ਤੁਹਾਡੇ ਸਾਹਮਣੇ? ਸਰ ਕੋਈ ਮੁਲਾਜ਼ਮ ਨਹੀਂ, ਕੋਈ ਪ੍ਰਸ਼ਾਸਨ ਦੀ ਕੋਈ ਇੱਥੇ ਕੋਈ ਸੁਣਵਾਈ ਨਹੀਂ ਕਿ ਕੋਈ ਹਾਦਸਾ ਹੋ ਜੇ। ਤਕਰੀਬਨ ਟ੍ਰੈਫਿਕ ਵੀ ਬਹੁਤ ਪਰੇਸ਼ਾਨ ਹੋਏ ਲੋਕ, ਕਿਉਂਕਿ ਸਵੇਰੇ ਲੋਕਾਂ ਨੂੰ ਪਟਿਆਲੇ ਅਤੇ ਚੰਡੀਗੜ੍ਹ ਸਾਰੇ ਤਕਰੀਬਨ ਜਾਂਦੇ ਆ ਅਤੇ ਕੋਈ ਪ੍ਰਸ਼ਾਸਨ ਨਹੀਂ ਹੈਗਾ, ਕੋਈ ਪੁਲਿਸ ਅਧਿਕਾਰੀ ਨਹੀਂ ਆਇਆ, ਕੋਈ ਹਾਲੇ ਤੱਕ ਕੋਈ ਰਿਪੋਰਟ ਨਹੀਂ ਆਈ ਸਰ ਹੈ ਜੀ। ਮੈਂ ਇਹੀ ਕਹਿਣਾ ਚਾਹਤਾ ਹੂੰ ਕਿ ਆਜ ਅਗਰ ਕਿਸੀ ਕਾ ਐਮਰਜੈਂਸੀ ਹੋ ਜਾਏ, ਐਂਬੂਲੈਂਸ ਆਏ ਤਾਂ ਰਸਤਾ ਕਹਾਂ ਹੈ ਜਾਣੇ ਕੇ ਲੀਏ? ਮਜ਼ਦੂਰ ਹੋਏ, ਗਰੀਬ ਹੋਏ, ਅਮੀਰ ਹੋਏ, ਇਹ ਦੇਸ਼ ਕੇ ਸਾਰਾ ਨਾਗਰਿਕ ਹੈ। ਹਾਂ, ਮੈਂ ਇਹੀ ਕਹਿਣਾ ਚਾਹਤਾ ਹੂੰ ਕਿ ਮੈਂ ਸਾਰੀ ਆਪਣੇ ਦੇਸ਼ ਕੇ ਨੇਤਾ ਸੇ ਆਗ੍ਰਹਿ ਚਾਹਤਾ ਹੂੰ, ਮੈਂ ਇਹੀ ਕਹਿਣਾ ਚਾਹਤਾ ਹੂੰ ਇਸਕਾ ਹੱਲ ਕਰੇ, ਇਹ ਰਸਤੇ ਕੇ ਥੋੜ੍ਹਾ ਔਰ ਚੌਲਾ ਕਰੇ ਕਿ ਪਬਲਿਕ ਅਲਾਦਾ ਜਾਏ, ਗਾੜੀ ਅਲਾਦਾ ਜਾਏ। ਮੈਂ ਇਹੀ ਪੰਜਾਬ ਜੋ ਰਾਤ ਜੇ ਹਿੰਦੁਸਤਾਨ ਕਿੰਨੇ ਵਜੇ ਪਲਟਾ ਤਾ ਟਰੈਕਟਰ? 9 ਵਜੇ ਕੇ ਕਰੀਬ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਕੋਈ ਨਹੀਂ ਨੁਕਸਾਨ ਨਹੀਂ। ਰੱਬ ਕਾ ਬਹੁਤ ਦੁਆ ਹੈ, ਇਹ ਸਭ ਗੁਰੂ ਕਾ ਧਰਤੀ ਹੈ, ਯਹਾਂ ਬਹੁਤ ਬਚਾਵਾ ਹੋ ਗਿਆ ਹੈ। तो कोई पुलिस प्रशासन वगैरह कोई नहीं? नहीं, आप देखिए अंधी नगरी चौपट राजा, चारों तरफ घुमा के देख लीजिए कमरा,